Welcome to Lockdown Tech Study YouTube channel. So today is the topic of local area network. Network classification da topic number second da. Is de vich apa LAN de bare janange ki LAN network ki hunda te LAN network de vich apa kede kede kam kis tarah kar sakde ha. So LAN network nu jehde full form hai wo local area network ha. LAN is privately owned network that operates in a very small geographical area and up to few kilometers. Matlab ki hai da ਕਿ ਲੈਨ ਇੱਕ ਪ੍ਰਾਈਵੇਟ ਜਿਹੜਾ ਨੈਟਵਰਕ ਆ ਜਿਹੜਾ ਕਿ ਥੋੜੇ ਜਿਹੜੇ ਥੋੜੇ ਏਰੀਏ ਦੇ ਵਿੱਚ ਹੀ ਯੂਜ਼ ਕੀਤਾ ਜਾਂਦਾ ਆ ਥੋੜਾ ਏਰੀਆ ਮਤਲਬ ਕੁਛ ਹੀ ਕਿਲੋਮੀਟਰਸ ਤੱਕ ਜਿਹੜਾ ਆ ਉਹਦੀ ਜਿਹੜੀ ਨੈਟਵਰਕ ਕਪੈਸਿਟੀ ਹੁੰਦੀ ਆ ਮਤਲਬ ਕਿ ਥੋੜੇ ਟਾਈਮ ਮਤਲਬ ਕਿ ਥੋੜੇ ਏਰੀਏ ਦੇ ਵਿੱਚ ਹੀ ਤੁਸੀਂ ਜਿਹੜਾ ਹੈ ਕੋਈ ਡੇਟਾ ਆਪਣਾ ਸ਼ੇਅਰ ਕਰ ਸਕਦੇ ਆ ਸੋ ਇਹਦੇ ਵਿੱਚ ਜਿਹੜਾ ਆ ਸਭ ਤੋਂ ਜ਼ਿਆਦਾ ਇਹ ਆਫਿਸ ਔਰ ਬਿਲਡਿੰਗ ਜਾਂ ਕਿਸੇ ਕੈਂਪਸ ਦੇ ਵਗੈਰਾ ਦੇ ਵਿੱਚ ਯੂਜ਼ ਕੀਤਾ ਜਾਣ ਵਾਲਾ ਇਹ ਲੋਕਲ ਏਰੀਆ ਨੈਟਵਰਕ ਆ ਜਿੱਦਾਂ ਕਿ ਸਕੂਲ ਦੇ ਵਿੱਚ ਜਾਂ ਫਿਰ ਤੁਸੀਂ ਕਾਲਜ ਵਿੱਚ ਕਹਿ ਸਕਦੇ ਹੋ ਕਿ ਉੱਥੇ ਕੀ ਆ ਇੱਕ ਲੈਨ ਨੈਟਵਰਕ ਹੁੰਦਾ ਜਿਸਦੇ ਨਾਲ ਕਿ ਇੱਕ ਹੱਬ ਦੇ ਨਾਲ ਜਿਹੜੇ ਸਾਰੇ ਡਿਵਾਈਸਿਸ ਆ ਕਨੈਕਟਡ ਹੁੰਦੇ ਆ ਤੇ ਉਹਨਾਂ ਡਿਵਾਈਸਿਸ ਦੇ ਨਾਲ ਹੀ ਜਿਹੜਾ ਆ ਆਪਣਾ ਇੰਟਰਨੈਟ ਆਪਾਂ ਐਕਸੈਸ ਕਰ ਸਕਦੇ ਆ ਕਿਸੇ ਪੀਸੀ ਨੂੰ ਐਕਸੈਸ ਕਰ ਸਕਦੇ ਆ ਸੋ ਦੈਟ ਇਜ਼ ਕਾਲਡ ਦਾ ਲੋਕਲ ਏਰੀਆ ਨੈਟਵਰਕ ਲੋਕਲ ਏਰੀਆ ਨੈਟਵਰਕ ਦੇ ਵਿੱਚ ਆਪਾਂ ਕਿਸ ਤਰ੍ਹਾਂ ਦੀ ਸ਼ੇਅਰਿੰਗ ਕਰ ਸਕਦੇ ਆ ਹਾਰਡਵੇਅਰ ਸ਼ੇਅਰਿੰਗ ਮਤਲਬ ਕਿ ਪ੍ਰਿੰਟਰ ਮਤਲਬ ਪ੍ਰਿੰਟਰ ਨੂੰ ਸ਼ੇਅਰ ਕਰ ਸਕਦੇ ਆ ਮਨ ਹੋ ਸਕਦਾ ਹੈ ਕਿ 10 ਤੋਂ 10 ਜਾਂ 1 ਤੋਂ ਜ਼ਿਆਦਾ ਮਤਲਬ ਕਿ ਜਿਹੜੇ ਪੀਸੀ ਆ ਉਹ ਕਨੈਕਟਡ ਹੈਗੇ ਆ ਵਿਦਇਨ 1 ਪ੍ਰਿੰਟਰ ਇੱਕ ਪ੍ਰਿੰਟਰ ਦੇ ਨਾਲ ਹੀ ਜਿਹੜੇ ਉਹ ਸਾਰੇ ਪੀਸੀ ਕਨੈਕਟਡ ਆ ਹੁਣ ਕਿਸੇ ਵੀ ਪੀਸੀ ਨੂੰ ਕੋਈ ਵੀ ਪ੍ਰਿੰਟ ਆਊਟ ਦੀ ਕਮਾਂਡ ਅਗਰ ਉਹ ਦਿੰਦਾ ਹੈ ਦੈਨ ਉਹਦਰ ਜਿਹੜਾ ਆਪਣੇ ਆਪ ਹੀ ਆਟੋਮੈਟਿਕਲੀ ਜਿਹੜਾ ਹੈ ਉਹ ਪ੍ਰਿੰਟਰ ਦੇ ਵਿੱਚ ਉਹ ਜਿਹੜੀ ਪ੍ਰਿੰਟ ਕਮਾਂਡ ਚਲੇ ਜਾਵੇਗੀ ਤੇ ਤੁਹਾਡਾ ਪ੍ਰਿੰਟ ਆਊਟ ਆ ਜਾਵੇਗਾ ਸੋ ਇਹ ਹੁੰਦੀ ਆਪਣੀ ਹਾਰਡਵੇਅਰ ਸ਼ੇਅਰਿੰਗ ਜਿਹੜੀ ਆਪਾਂ ਲੋਕਲ ਏਰੀਆ ਨੈਟਵਰਕ ਦੇ ਵਿੱਚ ਕਰ ਸਕਦੇ ਹਾਂ ਸੋ ਨੈਕਸਟ ਹੈਗਾ ਸੌਫਟਵੇਅਰ ਸੌਫਟਵੇਅਰ ਮੀਨਸ ਕਿ ਕੋਈ ਵੀ ਤਰ੍ਹਾਂ ਕਿਸੇ ਵੀ ਤਰ੍ਹਾਂ ਦਾ ਡੇਟਾ ਹੋ ਸਕਦਾ ਕੋਈ ਇਨਫੋਰਮੇਸ਼ਨ ਹੋ ਸਕਦੀ ਆ ਕੋਈ ਵੀ ਕਿਸੇ ਤਰ੍ਹਾਂ ਦੀ ਐਪਲੀਕੇਸ਼ਨ ਹੋ ਸਕਦੀ ਜਿਹੜੀ ਕਿ ਤੁਸੀਂ ਐਕਸੈਸ ਕਰ ਸਕਦੇ ਦੈਟ ਇਜ਼ ਕਾਲਡ ਦਾ ਸੌਫਟਵੇਅਰ ਸੋ ਨੈਕਸਟ ਹੈਗਾ ਸਮਾਲ ਸਮਾਲ 10 ਐਮਬੀਪੀਐਸ ਮਤਲਬ ਕਿ ਇਹਦੀ ਜਿਹੜੀ ਕਪੈਸਿਟੀ ਹੁੰਦੀ ਆ ਉਹ 10 ਐਮਬੀਪੀਐਸ ਮਤਲਬ ਮੈਗਾਬਾਈਟ ਪਰ ਸੈਕਿੰਡ ਦੇ ਵਿੱਚ ਮਤਲਬ ਕਿ 10 ਮੈਗਾਬਾਈਟ ਪਰ ਸੈਕਿੰਡ ਦੇ ਵਿੱਚ ਹੀ ਉਹ ਜਿਹੜਾ ਆ ਕਰ ਸਕਦੀ ਆ ਮਤਲਬ ਕਿ ਇੱਕ ਕੈਂਪਸ ਦੇ ਅੰਦਰ ਤਾਂ ਅਗਰ ਉਹ ਨੈਟਵਰਕ ਹੈਗਾ ਦੈਨ ਉਹ ਕ੍ਰੀਏਟ ਹੋ ਸਕਦਾ ਅਗਰ ਤੁਸੀਂ ਗੱਲ ਕਰਦੇ ਆ ਕਿ ਇੱਕ ਕੈਂਪਸ ਤੋਂ ਦੂਸਰੇ ਕੈਂਪਸ ਜੋ ਕਿ ਕਿਸੇ ਹੋਰ ਸ਼ਹਿਰ ਦੇ ਵਿੱਚ ਹੋਵੇ ਦੈਨ ਉਹ ਜਿਹੜਾ ਆ ਨਹੀਂ ਹੋ ਪਾਵੇਗਾ ਦੈਨ ਫਿਰ ਉਹ ਜਿਹੜਾ ਫੇਲ ਹੋ ਜਾਵੇਗਾ ਸੋ ਨੈਕਸਟ ਹੈਗਾ ਆਪਣੇ ਕੋਲ ਸੈਂਟਰਲ ਡਿਵਾਈਸ ਮੀਨਸ ਕਿ ਇਹਦੇ ਵਿੱਚ ਇੱਕ ਸੈਂਟਰਲ ਡਿਵਾਈਸ ਲੱਗੀ ਜਾਂਦੀ ਆ ਜਿਹਨੂੰ ਕੀ ਕਹਿੰਦੇ ਆ ਹੱਬ ਔਰ ਸਵਿੱਚ ਹੱਬ ਲਗਾਈ ਜਾਂਦੀ ਆ ਜਾਂ ਫਿਰ ਉਹਨੂੰ ਆਪਾਂ ਸਵਿੱਚ ਵੀ ਕਹਿ ਦਿੰਦੇ ਆ ਜਿਹੜੀ ਲਗਾਈ ਜਾਂਦੀ ਆ ਜਿਹਦੇ ਨਾਲ ਕਿ ਸਾਰੇ ਪੀਸੀ ਕਨੈਕਟਡ ਹੁੰਦੇ ਆ ਤੇ ਉਸ ਤੋਂ ਬਾਅਦ ਹੀ ਜਿਹੜਾ ਡੇਟਾ ਜਾਂ ਨੈਟਵਰਕ ਆਪਾਂ ਸ਼ੇਅਰ ਕਰ ਸਕਦੇ ਹਾਂ ਸੋ ਇਹਦੀ ਆਪਾਂ ਐਗਜ਼ਾਮਪਲ ਦੇਖ ਲੈਂਦੇ ਹਾਂ ਦੇਖੋ ਸਭ ਤੋਂ ਪਹਿਲਾਂ ਆਪਣੇ ਕੋਲ ਇੱਥੇ ਇੱਕ ਹੱਬ ਲੱਗ ਗਈ ਆ ਇਹ ਹੱਬ ਆ ਜਿਹੜੀ ਕਿ ਸਾਰੇ ਪੀਸੀ ਨੂੰ ਇੱਕ ਦੂਜੇ ਦੇ ਨਾਲ ਕਨੈਕਟ ਕਰਕੇ ਰੱਖਦੀ ਆ ਸੋ ਪੀਸੀ ਹੱਬ ਦਾ ਹੀ ਇਹੀ ਕੰਮ ਆ ਕਿ ਇੱਕ ਦੂਸਰੇ ਦੇ ਨਾਲ ਕਨੈਕਟਿੰਗ ਕਰਨਾ ਸੋ ਹੱਬ ਦੇ ਨਾਲ ਆਪਣੇ ਕੋਲ ਇੱਥੇ 3 ਪੀਸੀ ਆ ਪੀਸੀ ਨੰਬਰ 1 2 ਐਂਡ 3 3 ਪੀਸੀ ਜਿਹੜੇ ਆ ਉਹ ਕਨੈਕਟਡ ਹੈਗੇ ਆ ਆਪਣੇ ਹੱਬ ਦੇ ਨਾਲ ਹੱਬ ਜਿਹੜੀ ਹੈ ਕਨੈਕਟਡ ਹੈਗੀ ਆ ਹੁਣ ਇਸ ਤੋਂ ਬਾਅਦ ਇਹ ਤਾਂ ਇੱਕ ਹੋ ਗਿਆ ਲੋਕਲ ਏਰੀਆ ਨੈਟਵਰਕ ਜਿਹਦੇ ਵਿੱਚ ਸਿਰਫ ਸ਼ੇਅਰਿੰਗ ਹੋ ਰਹੀ ਆ ਹਾਰਡਵੇਅਰ ਦੀ ਹੋ ਸਕਦੀ ਸੌਫਟਵੇਅਰ ਦੀ ਹੋ ਸਕਦੀ ਆ ਬਟ ਨੈਟਵਰਕ ਜਿਹੜਾ ਐਕਸੈਸ ਨਹੀਂ ਹੋ ਰਿਹਾ ਇਸ ਟਾਈਮ ਜਦੋਂ ਨੈਟਵਰਕ ਐਕਸੈਸ ਕਰਨਾ ਤਾਂ ਹੱਬ ਦੇ ਨਾਲ ਆਪਾਂ ਨੂੰ ਇੱਕ ਰਾਊਟਰ ਲਗਾਉਣਾ ਪੈਣਾ ਆ ਉਸ ਰਾਊਟਰ ਦੀ ਹੈਲਪ ਦੇ ਨਾਲ ਆਪਾਂ ਇੰਟਰਨੈਟ ਐਕਸੈਸ ਕਰ ਸਕਦੇ ਆ ਸੋ ਹੁਣ ਦੇਖੋ ਇੱਥੇ ਹੱਬ ਦੇ ਨਾਲ ਅਗਰ ਮੈਂ ਇੱਥੇ ਇੱਕ ਰਾਊਟਰ ਲਗਾ ਲੈਂਦੀ ਆ ਹੁਣ ਇਹ ਜਿਹੜਾ ਆ ਰਾਊਟਰ ਜਿਹੜਾ ਤੁਹਾਡਾ ਉਹ ਵਾਇਰਲੈਸ ਵੀ ਹੋ ਸਕਦਾ ਆ ਔਰ ਵਾਇਰਡ ਵੀ ਹੋ ਸਕਦਾ ਆ ਕਿਉਂਕਿ ਅੱਜ ਕੱਲ ਜਿਹੜੇ ਵਾਇਰਲੈਸ ਵੀ ਆ ਰਹੇ ਆ ਉਹ ਵਾਇਰਡ ਵੀ ਆ ਰਹੇ ਆ ਤੁਸੀਂ ਜਾਣਦੇ ਹੋ ਵਾਈਫਾਈ ਜਿਸ ਤਰ੍ਹਾਂ ਵੀ ਕਹਿ ਸਕਦੇ ਹੋ ਸੋ ਇਹਦੇ ਵਿੱਚ ਆਪਣੇ ਕੋਲ ਇੱਕ ਰਾਊਟਰ ਲੱਗ ਗਿਆ ਆ ਹੁਣ ਇਹ ਰਾਊਟਰ ਕੀ ਆ ਇੰਟਰਨੈਟ ਦੇ ਨਾਲ ਮਤਲਬ ਕਨੈਕਟ ਹੋ ਗਿਆ ਮਤਲਬ ਕਿ ਬਾਹਰਲੀ ਦੁਨੀਆ ਦੇ ਨਾਲ ਕਨੈਕਟਡ ਤਾਂ ਹੋ ਗਿਆ ਆ ਬਟ ਇੱਥੇ ਜਿਹੜਾ ਆ ਇਹ ਜਿਹੜਾ ਸਿਰਫ ਇਹਨਾਂ ਡਿਵਾਈਸਿਸ ਨੂੰ ਹੀ ਡੇਟਾ ਪ੍ਰੋਵਾਈਡ ਕਰੇਗਾ ਕਿਉਂਕਿ ਇਹ ਡਿਵਾਈਸਿਸ ਇਹ ਹੱਬ ਦੇ ਨਾਲ ਕਨੈਕਟਡ ਆ ਤੇ ਹੱਬ ਆਪਣੀ ਰਾਊਟਰ ਦੇ ਨਾਲ ਕਨੈਕਟਡ ਆ ਸੋ ਇਸ ਕਰਕੇ ਸਿਰਫ ਇਹਨਾਂ ਪੀਸੀਆਂ ਨੂੰ ਹੀ ਇਹ ਡੇਟਾ ਪ੍ਰੋਵਾਈਡ ਕਰ ਸਕੇਗਾ ਸੋ ਇੰਟਰਨੈਟ ਹੁਣ ਮੀਨਸ ਇੰਟਰਨੈਟ ਦੇ ਉੱਤੇ ਚਲੇ ਗਿਆ ਮਤਲਬ ਕਿ ਕੋਈ ਵੀ ਸਰਵਰ ਜਿਹੜਾ ਐਕਸੈਸ ਕੀਤਾ ਜਾ ਸਕਦਾ ਇੱਥੇ ਆਪਣੇ ਕੋਲ ਕੋਈ ਵੀ ਸਰਵਰ ਹੋ ਸਕਦਾ ਹੈ ਸਰਵਰ ਜਿਹੜਾ ਕਿ ਐਕਸੈਸ ਕਰੇਗਾ ਡੇਟਾ ਮਤਲਬ ਕਿ ਸਰਵਰ ਜਿਸ ਤਰ੍ਹਾਂ ਤੁਸੀਂ ਕਹਿ ਸਕਦੇ ਹੋ ਕਿ ਯੂਟਿਊਬ ਕੀ ਹੈ ਇੱਕ ਸਰਵਰ ਆ ਕਿਉਂਕਿ ਯੂਟਿਊਬ ਦੇ ਉੱਤੇ ਜਦੋਂ ਤੁਸੀਂ ਕਿਤੇ ਵੀ ਸਰਚ ਕਰਦੇ ਚਾਹੇ ਤੁਸੀਂ ਆਪਣੇ ਮੋਬਾਈਲ ਉੱਤੇ ਸਰਚ ਕਰੋ ਚਾਹੇ ਲੈਪਟਾਪ ਉੱਤੇ ਚਾਹੇ ਕੰਪਿਊਟਰ ਦੇ ਉੱਤੇ ਕੁਝ ਵੀ ਸਰਚ ਕਰਦੇ ਹੋ ਦੈਨ ਉਹ ਤੁਸੀਂ ਕਿਤੇ ਵੀ ਐਕਸੈਸ ਕਰ ਸਕਦੇ ਹੋ ਸੋ ਇੱਕ ਤਰ੍ਹਾਂ ਦਾ ਜਿਹੜਾ ਯੂਟਿਊਬ ਹੁੰਦਾ ਉਹ ਆਪਣਾ ਇੱਕ ਸਰਵਰ ਆ ਜੋ ਇੰਟਰਨੈਟ ਦੇ ਦੁਆਰਾ ਹੀ ਆਪਾਂ ਐਕਸੈਸ ਕਰ ਸਕਦੇ ਆ ਤੇ ਇੰਟਰਨੈਟ ਆਪਾਂ ਐਕਸੈਸ ਕਰਨ ਦੇ ਲਈ ਰਾਊਟਰ ਲਗਾਵਾਂਗੇ ਤੇ ਰਾਊਟਰ ਅਗਰ ਆਪਾਂ ਨੂੰ ਹਰ ਪੀਸੀ ਦੇ ਉੱਤੇ ਉਹ ਡਾਟਾ ਅਵੇਲੇਬਲ ਚਾਹੀਦਾ ਦੈਨ ਆਪਾਂ ਹੱਬ ਯੂਜ਼ ਕਰਾਂਗੇ ਸੋ ਇਹ ਹੁੰਦੀ ਆ ਆਪਣੀ ਲੋਕਲ ਏਰੀਆ ਨੈਟਵਰਕ ਸੋ ਨੈਕਸਟ ਵੀਡੀਓ ਦੇ ਵਿੱਚ ਆਪਾਂ ਦੇਖਾਂਗੇ ਕਿ ਪੈਨ ਮਤਲਬ ਕਿ ਪਰਸਨਲ ਏਰੀਆ ਨੈਟਵਰਕ ਕੀ ਹੁੰਦਾ ਆ ਸੋ ਮਿਲਦੇ ਆ ਨੈਕਸਟ ਵੀਡੀਓ ਦੇ ਵਿੱਚ ਥੈਂਕ ਯੂ ਸੋ ਮੱਚ